ਜਗ੍ਹਾ ਬਣੀ ਹੋਈ ਆ ਜੀ, ਇਹਦੇ ਵਿੱਚ ਪਾਣੀ ਕਿੱਥੋਂ ਆਉਂਦਾ ਆ ਇਹ ਆਪਾਂ ਇਹਦੇ ਬਾਰੇ ਜ਼ਰੂਰ ਜਾਣਦੇ ਹਾਂ, ਜ਼ਰੂਰ ਪੁੱਛਾਂਗੇ। ਇਹਦੇ ਵਿੱਚ ਵੀ ਦੇਖੋ ਪਾਣੀ ਆ ਰਿਹਾ ਆ, ਇਹ ਪਾਣੀ ਕਿਵੇਂ ਆ ਰਿਹਾ ਆ, ਕਿੱਥੋਂ ਆ ਰਿਹਾ ਆ, ਇਹ ਆਪਾਂ ਪੁੱਛਦੇ ਹਾਂ ਜੋ ਉਹਨਾਂ ਨੂੰ। ਕੰਕਰੀਆ ਝੀਲ ਤੇ ਖੜੇ ਹਾਂ, ਕੰਕਰੀਆ ਝੀਲ 2.5 ਕਿਲੋਮੀਟਰ ਦਾ ਐਗਜ਼ੈਕਟ ਰਾਉਂਡ ਹੈ। ਅੱਛਾ ਜੀ, ਇਹ ਗੁਮਾਨ ਹੈ ਅਸੇ 520 ਸਾਲ ਪਹਿਲੇ। ਅੱਛਾ ਜੀ, ਇੱਕ ਆਇਆ ਸਖਤ ਦਿੱਲੀ ਸੇ। ਅੱਛਾ ਜੀ, ਜਿਸ ਦਾ ਨਾਮ ਤਾਂ ਕੁਤਬੁੱਦੀਨ। ਕੁਤਬੁੱਦੀਨ ਲੋਕ, ਕੁਤਬੁੱਦੀਨ ਨੇ ਦਿੱਲੀ ਮੇਂ ਵੀ ਬਹੁਤ ਸਭ ਬਣਾਇਆ। ਉਹ ਯਹਾਂ ਹੈ ਕੁਤਬੁੱਦੀਨ ਐਬਕ। ਵਹਾਂ ਪੀਛੇ ਕੋਨੇ ਮੇਂ ਇੱਕ ਸੂਫੀ ਰਹਤੇ ਥੇ, ਉਸ ਸੂਫੀ ਕੋ ਮਿਲਨਾ ਆਇਆ ਕੁਤਬੁੱਦੀਨ। ਸੂਫੀ ਨੇ ਕੁਤਬੁੱਦੀਨ ਕੋ ਕਹਾ, ਤੁਮ ਉਧਰ ਠਹਿਰੋ, ਹਮ ਤੁਮੇ ਬੁਲਾਏ ਤਬ ਆਨਾ। ਅੱਛਾ ਜੀ, ਕੁਤਬੁੱਦੀਨ ਯਹਾਂ ਠਹਿਰਾ ਥਾ। ਅੱਛਾ ਜੀ, ਔਰ ਕੁਤਬੁੱਦੀਨ ਕੋ ਆਜੂ ਬਾਜੂ ਕੇ ਗਾਓਂ ਕੇ ਲੋਗੋਂ ਨੇ ਆਕੇ ਕਹਾ ਕਿ ਆਪਕੇ ਪਾਸ ਇਤਨਾ ਬੜਾ ਲਸ਼ਕਰ ਹੈ, ਆਪ ਬੜੇ ਪੈਸੇਦਾਰ ਹੋ, ਆਪ ਹਮਾਰੇ ਲਈ ਥੋੜਾ ਸਾ ਯਹਾਂ ਪਾਣੀ ਕਾ ਪ੍ਰੋਬਲਮ ਹੈ, ਕੁਆਂ ਕਰ ਦੋ। ਅੱਛਾ ਜੀ, ਤੋ ਕੁਤਬੁੱਦੀਨ ਨੇ ਇੱਕ ਸੈਂਟਰ ਮੇਂ ਪੱਥਰ ਲਗਾਇਆ। ਅੱਛਾ ਜੀ, ਔਰ ਇੱਕ ਦੋਰੀ ਬਾਂਧ ਕਰਕੇ ਐਸੇ ਘੋੜੇ ਪੇ ਇੱਕ ਆਦਮੀ ਕੋ ਘੁਮਾਇਆ। ਅੱਛਾ ਜੀ, ਔਰ ਐਗਜ਼ੈਕਟ ਇਹ 2.5 ਕਿਲੋਮੀਟਰ ਕਾ ਰਾਉਂਡ ਹੈ। ਅੱਛਾ ਜੀ, ਔਰ ਇਸਕੇ ਅੰਦਰ ਖੱਡਾ ਕਰਕੇ ਨੀਚੇ ਸੇ ਮਿੱਟੀ ਉੱਪਰ ਡਾਲ ਕੇ। ਅੱਛਾ ਜੀ, ਇਸਮੇ ਪਾਣੀ ਲਗਾਇਆ। 3 ਸਾਲ ਬਾਅਦ ਜਬ ਬਾਰਿਸ਼ ਗਿਰਾ ਤੇ ਪੂਰਾ ਭਰ ਗਿਆ। ਅੱਛਾ ਜੀ, ਤਬ ਸੇ ਇਸਕਾ ਨਾਮ ਹੈ ਹੋਜੇ ਕੁਤਬ। ਹੋਜੇ ਕੁਤਬ, ਹਾਂ। ਅਭੀ ਇਹ ਜੋ ਪੱਥਰ ਆਪ ਦੇਖ ਰਹੇ ਸਾਰੇ ਪੱਥਰ ਗੁਜਰਾਤ ਕੇ ਹੀ ਹੈ। ਅੱਛਾ ਜੀ, ਸੈਂਡਸਟੋਨ ਜਿਸ ਕੋ ਬੋਲਤੇ ਹੈ। ਅੱਛਾ ਜੀ, ਹਨ ਇਹ ਅੱਛੇ ਵਾਲੇ ਪੱਥਰ ਹੈ, ਔਰ ਇਹ ਆਏ ਹੈ ਸੁਰਿੰਦਰ ਨਗਰ ਸੇ। ਅੱਛਾ ਜੀ, ਅਹਿਮਦਾਬਾਦ ਸੇ 80 ਕਿਲੋਮੀਟਰ ਆਗੇ ਗਾਓ ਹੈ ਸੁਰਿੰਦਰ ਨਗਰ। ਅੱਛਾ ਜੀ, ਵਹਾਂ ਸੇ ਇਹ ਪੱਥਰ ਆਇਆ ਹੈ। ਅਭੀ ਇਸਮੇ ਪਾਣੀ ਆਨਾ ਬਹੁਤ ਮੁਸ਼ਕਿਲ ਹੈ, ਮਗਰ ਇਸਮੇ ਪਾਈਪ ਲਾਈਨ ਸੇ ਪਾਣੀ ਆਤਾ ਹੈ, ਵੋ ਨਰਮਦਾ ਸੇ ਆਤਾ ਹੈ। ਅੱਛਾ, ਅਬ ਆਪ ਉਸ ਤਰਫ ਦੇਖੇ, ਵੋ 3 ਵਾਲ ਹੈ। ਅੱਛਾ ਜੀ, ਵੋ ਦੀਵਾਰ ਪੇ, ਵੋ 3 ਵਾਲ ਖੋਲਤੇ ਹੈ ਰਾਤ ਮੇਂ ਪਾਣੀ ਕਾ ਲੇਵਲ ਕਰਨੇ ਕੇ ਲੀਏ, ਔਰ ਵੋ ਖੋਲ ਕੇ ਬੰਦ ਕਰ ਦੇ। ਅੱਛਾ ਜੀ, ਵੋ ਬਾਲ ਵੀ ਦਿਖਾਉਣੇ ਆਪਾਂ, ਅਸੀਂ ਤੁਹਾਨੂੰ ਬਾਲ ਦਿਖਾਉਣੇ ਆ ਜੀ, ਆਓ। ਇਸ ਸਾਈਡ ਨੇ ਜੀ ਬਾਲ, ਉਹ ਤੁਸੀਂ ਸਾਹਮਣੇ ਬਾਲ ਦੇਖ ਸਕਦੇ ਹੋ, ਇਹ ਰਾਤ ਨੂੰ ਖੁੱਲਦੇ ਨੇ ਜੀ, ਤੇ ਇਹ ਲੇਕ ਨੂੰ ਭਰ ਦਿੰਦੇ ਨੇ ਜੀ। ਆਪਾਂ ਸਭ ਨੇ ਮਿਲ ਕੇ ਵਿਜ਼ਿਟ ਕਰ ਲਿਆ ਹੈ ਕੰਕਰੀਆ ਲੇਕ ਨੂੰ। ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ। ਸਾਡੀ ਇਹ ਗੁਜਰਾਤ ਵਾਲੀ ਪੂਰੀ ਪਲੇਲਿਸਟ ਜ਼ਰੂਰ ਦੇਖਿਓ ਜੀ। ਤਦ ਤੱਕ ਲਈ ਜੀ ਬਾਏ। ਜਾ ਰਹੇ ਹਾਂ ਜੀ ਆਪਾਂ ਬਾਹਰ ਨੂੰ, ਚੱਲਦੇ ਹਾਂ ਹੁਣ ਨਵੇਂ ਪਲੇਸ ਵੱਲ ਨੂੰ ਜੀ, ਘੁੰਮਦੇ ਹਾਂ ਉਸਨੂੰ, ਨਵੀਂ ਜਗ੍ਹਾ ਨੂੰ ਜੀ। ਇਸਕਾ ਝੂਲਨਾ ਐਸਾ ਹੈ ਕਿ ਇੱਕ ਨੰਬਰ ਮੇਂ ਮੈਂ ਹੂੰ, 2 ਨੰਬਰ ਮੇਂ ਆਪ ਹੈ। ਮੈਂ ਦੀਵਾਰ ਕੋ ਧੱਕਾ ਦੂੰਗਾ, ਆਪ ਹਿਲੋਗੇ, ਫਿਰ ਆਪ ਬੋਲੋਗੇ ਬਸ, ਫਿਰ ਆਪ ਧੱਕਾ ਦੋਗੇ, ਮੈਂ ਹਿਲੂੰਗਾ। ਦੁਨੀਆ ਮੇਂ ਪਹਿਲੀ ਵਾਰ ਇੰਟਰਲੋਕਿੰਗ ਸਿਸਟਮ ਬਿਲਡਿੰਗ ਆਇਆ ਝੂਲਤੀ ਮੀਨਾਰ ਮੇਂ। ਇਤਨਾ ਆਹ ਚੀਜ਼ ਅਹਿਮਦਾਬਾਦ ਦੇ ਵਿੱਚ ਬਹੁਤ ਜ਼ਿਆਦਾ ਆ, ਮੈਂ ਕਬੂਤਰਾਂ ਨੂੰ ਆਪਾਂ ਦਾਣਾ ਪਾਉਂਦੇ ਆ ਨਾ, ਬਹੁਤ ਜ਼ਿਆਦਾ ਜਗ੍ਹਾ ਉਰੇ ਬਣਾਈਆਂ ਹੋਈਆਂ ਨੇ ਨਾ। ਆਪਣੀ ਬੱਸ ਇੱਕ ਨਵੇਂ ਸਟਾਪ ਤੇ ਆ ਕੇ ਹੁਣ ਰੁਕ ਗਈ ਆ ਜੀ, ਤੇ ਆਪਾਂ ਵਿਜ਼ਿਟ ਕਰਦੇ ਆ ਕਿ ਹੁਣ ਨਵੇਂ ਪਲੇਸ ਨੂੰ। ਆ ਜਾਓ, ਚੱਲਦੇ ਰਹੋ ਸਾਡੇ ਨਾਲ ਜੀ, ਤੁਹਾਨੂੰ ਅਹਿਮਦਾਬਾਦ ਦੀਆਂ ਜਿਹੜੀ ਫੇਮਸ ਪਲੇਸ ਨੇ ਆਪਾਂ ਸਾਰੇ ਵਿਜ਼ਿਟ ਕਰਾਵਾਂਗੇ, ਸਾਰੇ ਆਪਾਂ ਘੁੰਮਾਂਗੇ ਜੀ। ਬਣੇ ਰਹੋ ਪ੍ਰਿੰਸ ਪੰਜਾਬੀ ਟਰੈਵਲਰ ਚੈਨਲ ਦੇ ਨਾਲ ਜੀ। ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ। ਵੀਡੀਓ ਬਿਨਾਂ ਸਕਿਪ ਕੀਤੇ ਪੂਰੀ ਜ਼ਰੂਰ ਦੇਖਿਓ ਜੀ। ਆਓ ਚੱਲਦੇ ਹਾਂ ਜੀ, ਇਸ ਸਟਾਪ ਨੂੰ, ਇਸ ਸਪੋਟ ਨੂੰ ਵਿਜ਼ਿਟ ਕਰਦੇ ਹਾਂ। ਅਸੀਂ ਹੁਣ ਤੱਕ ਆਪਾਂ ਜਿਹੜਾ ਦੇਖਿਆ ਆ ਮਿਲ ਜੁਲ ਕੇ, ਜਾਣੀ ਅਹਿਮਦਾਬਾਦ ਜਿਹੜਾ ਸ਼ਹਿਰ ਆ, ਪੁਰਾਣਾ ਸ਼ਹਿਰ ਵਸਿਆ ਹੋਇਆ ਆ ਇਹ ਮੁਗਲਾਂ ਦੇ ਟਾਈਮ ਦਾ, ਤੇ ਇਹ ਆਈ ਆ ਜੀ ਨਵੀਂ ਜਗ੍ਹਾ ਆਪਣੀ ਪਲੇਸ ਜੀ, ਇਹਨੂੰ ਵਿਜ਼ਿਟ ਕਰਦੇ ਹਾਂ, ਇਹਨੂੰ ਘੁੰਮਦੇ ਹਾਂ, ਇਹਦੇ ਬਾਰੇ ਜਾਣਦੇ ਹਾਂ ਜੀ। ਇਹ ਸਾਰੇ ਆਪਣੇ ਬੱਸ ਵਾਲੇ ਭਰਾ ਨੇ, ਮੁਸਾਫਰ ਨੇ ਆਪਣੇ ਨਾਲ ਦੇ ਜੀ, ਇਹ ਸਾਰੇ ਜੀ। ਹਿੰਦੀ ਮੇਂ ਬਾਵਲੀ, ਬਾਵਲੀ ਬਿਕੋਜ਼ ਦੇਰ ਇਜ਼ ਅ ਵਨ ਵੈਲ ਐਂਡ ਵਿਦ ਦ ਸਟੈਪ, ਮੀਨਿੰਗ ਆਫ ਸਟੈਪ ਵੈਲ।
1505, one of the rich men, her wife, Dai Halima. Dai Halima, she visited to here from Madhya Pradesh. Do you know what is the meaning of Dai? Dai, midwife. Midwife means those who know to do the delivery of the woman. So midwife. So Dai is a Hindi word. So that Dai Halima came here in 1505 and he gives an order to make a well. But after some time the local people, they say, please make a step well where the tourists can go easily till up to water. So they make a step well here. 1505 ਦੇ ਵਿੱਚ ਦਾਈ ਹਲੀਮਾ ਇੱਥੇ ਆਏ ਸੀ ਤੇ ਉਹਨਾਂ ਨੇ ਆਰਡਰ ਦਿੱਤਾ ਕਿ ਇੱਥੇ ਇੱਕ ਵੈਲ ਦੀ ਮਤਲਬ ਬਣਾਇਆ ਜਾਵੇ ਤੇ ਇੱਥੇ ਲੋਕਲਸ ਨੇ ਉਹਨਾਂ ਨੂੰ ਕਿਹਾ ਕਿ ਇੱਥੇ ਇੱਕ ਬੋੜੀ ਯਾਨੀ ਕਿ ਸਟੈਪ ਵੈਲ ਪੌੜੀਆਂ ਵਾਲੀ ਵੈਲ ਦਾ ਨਿਰਮਾਣ ਕੀਤਾ ਜਾਵੇ ਤਾਂ ਕਿ ਟੂਰਿਸਟ ਇੱਥੇ ਆ ਸਕਣ ਤੇ ਲੋਕਾਂ ਨੂੰ ਆਸਾਨੀ ਹੋ ਸਕੇ ਯਾਨੀ ਜਿਹੜਾ ਇੱਕ ਬੋੜੀ ਆ ਉਰੇ 15-15 ਫੁੱਟ ਦੀ ਆ ਤੇ ਪੰਜ ਬੋੜੀਆਂ ਬਣੀਆਂ ਹੋਈਆਂ ਨੇ ਜੀ 15-15 ਫੁੱਟ ਦੀਆਂ ਇੱਕ ਦੀ ਉਚਾਈ 15 ਫੁੱਟ ਆ ਆਪਾਂ ਥੱਲੇ ਨੂੰ ਉਤਰਦੇ ਜਾਂਦੇ ਹਾਂ ਜੀ ਅਤੇ ਬੌਲੀਆਂ ਨੂੰ ਦੇਖਦੇ ਚੱਲਦੇ ਹਾਂ ਜੀ ਔਰ ਇਹਨਾਂ ਕਹਿੰਦੇ ਹਿੰਦੂਆਂ ਅਤੇ ਮੁਸਲਮਾਨਾਂ ਨੇ ਮਿਲ ਕੇ ਇਹਦਾ ਨਿਰਮਾਣ ਕੀਤਾ ਸੀਗਾ ਅਤੇ ਜਿਹੜੇ ਹਿੰਦੂ ਵੀਰ ਸੀਗੇ ਉਹਨਾਂ ਦਾ ਇਹਦੇ ਸਾਹਮਣੇ ਜੀ ਮੰਦਰ ਬਣਾਇਆ ਗਿਆ ਆ ਅਤੇ ਜਿਹੜੇ ਮੁਸਲਮਾਨ ਵੀਰ ਕੰਮ ਕਰਦੇ ਸੀ ਜੀ ਉਹਨਾਂ ਦੇ ਲਈ ਇਸ ਬੌਲੀ ਦੇ ਬਿਲਕੁਲ ਪਿਛਲੇ ਪਾਸੇ ਮਸਜਿਦ ਬਣਾਈ ਗਈ ਆ ਜੀ ਬਹੁਤ ਨੀਵੀਂ ਆ ਗਏ ਆਪਾਂ ਤੇ ਜਾਣੀ ਪਾਣੀ ਦਾ ਉਰੇ ਹੱਲ ਨਹੀਂ ਹੋਣਾ ਉਸ ਵੇਲੇ ਪਾਣੀ ਦਾ ਹੱਲ ਕੀਤਾ ਗਿਆ ਹੋਣਾ ਜੀ ਇਹ ਆ ਜੀ ਉਹ ਬੌਲੀ ਇਤਿਹਾਸਕ ਬੌਲੀ ਦੇਖੋ ਆਪਾਂ ਕਿੰਨਾ ਨੀਵੇਂ ਆ ਗਏ ਇਹ ਆ ਜੀ ਇਤਿਹਾਸਕ ਬੌਲੀ ਤੁਸੀਂ ਵੀ ਜਦੋਂ ਗੁਜਰਾਤ ਅਹਿਮਦਾਬਾਦ ਸ਼ਹਿਰ ਦੇ ਵਿੱਚ ਆਓ ਤਾਂ ਇਸ ਬੌਲੀ ਦੇ ਦਰਸ਼ਨ ਕਰਨੇ ਇਸ ਨੂੰ ਦੇਖਣਾ ਵਿਜ਼ਿਟ ਕਰਨਾ ਨਾ ਭੁੱਲਿਓ ਜੀ ਆਓ ਜੀ ਹੁਣ ਆਪਾਂ ਮਸਜਿਦ ਵੱਲ ਚੱਲਦੇ ਹਾਂ ਜਿਹੜੀ ਕਿ ਇਸ ਬੌਲੀ ਦੇ ਪਿੱਛੇ ਬਣੀ ਹੋਈ ਹੈ ਇਸ ਸਾਈਡ ਬਣੀ ਹੋਈ ਹੈ ਜੀ ਉਹ ਮਸਜਿਦ ਚੱਲਦੇ ਹਾਂ ਜੀ ਆਪਾਂ ਮਸਜਿਦ ਨੂੰ ਵਿਜ਼ਿਟ ਕਰਦੇ ਹਾਂ ਜੀ ਦੇਖਦੇ ਹਾਂ ਇੱਕ ਨਾ ਤੁਸੀਂ ਦੇਖੋ ਵੀ ਇਹ ਕਿੰਨੀ ਪੁਰਾਣੀ ਬੌਲੀ ਬਣੀ ਹੋਈ ਆ ਨਾ ਇਹਦਾ ਆਰਕੀਟੈਕਟ ਦੇਖੋ ਕਿੰਨਾ ਵਧੀਆ ਆ ਕਿੰਨੀ ਮੀਨਾਕਾਰੀ ਹੋਈ ਹੋਈ ਆ ਦੀਵਾਰਾਂ ਦੇ ਉੱਤੇ ਆਓ ਜੀ ਹੁਣ ਆਪਾਂ ਮਸਜਿਦ ਨੂੰ ਦੇਖਦੇ ਹਾਂ ਜੀ ਸਿਗਰਟ ਗੁਟਕਾ ਤੰਬਾਕੂ ਇੱਥੇ ਖਾਣਾ ਅਲਾਊਡ ਨਹੀਂ ਹੈ ਜੀ ਕਬੂਤਰ ਚੋਗਾ ਚੁਗਦੇ ਹੋਏ ਇੱਥੇ ਆਪਣੇ ਸ਼ੂਜ਼ ਉਤਾਰ ਕੇ ਆਪਾਂ ਅੰਦਰ ਚੱਲਦੇ ਹਾਂ ਜੀ ਚਲੋ ਚੱਲਦੇ ਹਾਂ ਜੀ ਅੰਦਰ ਨੂੰ ਇੱਕ ਗੱਲ ਦੇਖੋ ਤੁਸੀਂ ਦੀਵਾਰਾਂ ਦੇ ਉੱਤੇ ਕਿੰਨੀ ਵਧੀਆ ਮੀਨਾਕਾਰੀ ਹੋਈ ਹੋਈ ਆ ਬਹੁਤ ਹੀ ਵਧੀਆ ਮਤਲਬ ਆਰਕੀਟੈਕਚਰ ਬਣਾਇਆ ਹੋਇਆ ਜੀ ਬਹੁਤ ਪੁਰਾਣੀ ਮਸਜਿਦ ਆ ਜੀ ਇਹ ਦੇਖੋ ਉਹਨੂੰ ਉੱਦਾਂ ਹੀ ਸਾਂਭ ਕੇ ਰੱਖਿਆ ਹੋਇਆ ਆ ਉਰੇ ਆਉਂਦੇ ਨੇ ਮੁਸਲਿਮ ਭਾਈਚਾਰੇ ਦੇ ਲੋਕ ਨਮਾਜ਼ ਅਦਾ ਕਰਦੇ ਨੇ ਜੀ ਆਹ ਦੇਖੋ ਕਿੰਨੀ ਸੋਹਣੀ ਡਿਜ਼ਾਇਨ ਹੈਗਾ ਬਹੁਤ ਮਿਹਨਤ ਲੱਗੀ ਸੀ ਜੀ ਇਸ ਬੌਲੀ ਨੂੰ ਇਸ ਮਸਜਿਦ ਨੂੰ ਬਣਾਉਣ ਲਈ ਜੀ ਕਿੰਨੀ ਸੋਹਣੀ ਡਿਜ਼ਾਇਨ ਹੈਗਾ ਏਦਾਂ ਲੱਗਦਾ ਜਿਵੇਂ ਬੈਲ ਟੰਗੀ ਹੁੰਦੀ ਆ ਨਾ ਦੇਖੋ ਕਿੰਨਾ ਸੋਹਣਾ ਆਰਕੀਟੈਕਟ ਆ ਅੰਦਰੋਂ ਦੇਖਦੇ ਆ ਜਾਓ ਆਪਾਂ ਇਹ ਦੇਖੋ ਅੰਦਰੋਂ ਕਿੰਨੀ ਸੋਹਣੀ ਬਣਾਈ ਹੋਈ ਆ ਦੇਖੋ ਤੁਸੀਂ ਤੁਸੀਂ ਦੇਖ ਸਕਦੇ ਹੋ ਜੀ ਇੱਕ ਵਾਰ ਇੱਥੇ ਜ਼ਰੂਰ ਵਿਜ਼ਿਟ ਕਰਿਓ ਆ ਦੇਖੋ ਕਿੰਨੀ ਸੋਹਣੀ ਡਿਜ਼ਾਈਨ ਹੋਈ ਹੋਈ ਆ ਦੇਖੋ ਇੱਕ ਆ ਫੁੱਲ ਬਣਾਇਆ ਹੋਇਆ ਆ ਫਿਰ ਆ ਦੇਖੋ ਲਟਕਦਾ ਹੋਇਆ ਕਿੱਦਾਂ ਕਿੰਨਾ ਸੋਹਣਾ ਬਣਾਇਆ ਹੋਇਆ ਆ ਕਿੰਨਾ ਸੋਹਣਾ ਲੱਗਦਾ ਆ ਇਹ ਦੇਖੋ ਕਿੰਨੀ ਸੋਹਣੀ ਲੱਗਦੀ ਆ ਚੀਜ਼ਾਂ ਬਣੀ ਹੋਈ ਦੇਖੋ ਤੁਸੀਂ ਹਨਾ ਇਸ ਚੀਜ਼ਾਂ ਨੂੰ ਜਦੋਂ ਅਸੀਂ ਰੀਅਲ ਲਾਈਫ 'ਚ ਦੇਖਦੇ ਹਾਂ ਆਪਣੀਆਂ ਅੱਖਾਂ ਨਾਲ ਦੇਖਦੇ ਹਾਂ ਤਾਂ ਤੁਹਾਨੂੰ ਬਹੁਤ ਹੀ ਵਧੀਆ ਲੱਗਦਾ ਹੈ ਅਤੇ ਇਹਦੇ ਨੈਚੁਰਲ ਜਿਹੜੀ ਅਸਲੀ ਬਿਊਟੀ ਹੈ ਉਹ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਇੱਕ ਤੁਸੀਂ ਵੀ ਚੀਜ਼ ਹੋਰ ਦੇਖੋ ਆਹ ਦੇਖੋ ਚੀਜ਼
ਜਿਵੇਂ ਆਪਾਂ ਨਾ ਪਹਿਲਾਂ ਕਿਸੇ ਰਾਜਿਆਂ ਦੇ ਤਾਜ ਦੇਖਦੇ ਸੀ ਸਿਰ ਦੇ ਉੱਤੇ ਲਏ ਹੋਏ, ਉਹਨਾਂ ਦੇ ਉੱਤੇ ਦੇਖੋ ਏਦਾਂ ਹੀ ਡਿਜ਼ਾਇਨਿੰਗ ਹੋਈ ਹੁੰਦੀ ਸੀ। ਇਹ ਦੇਖੋ ਉੱਦਾਂ ਹੀ ਡਿਜ਼ਾਇਨਿੰਗ ਹੋਈ ਹੋਈ ਆ, ਦੇਖੋ ਤੁਸੀਂ ਹੈ ਨਾ, ਆ ਦੇਖੋ ਹੈ ਪੂਰਾ, ਦੇਖੋ ਸਾਰੇ ਥਵਲਿਆਂ ਦੇ ਉੱਤੇ ਆ ਇਹ, ਆਹ ਦੇਖੋ ਫਿਰ ਤੁਸੀਂ ਉਵੇਂ ਹੀ ਬਣਿਆ ਹੋਇਆ, ਆਹ ਦੇਖੋ ਦੇਖੋ ਕਿੰਨਾ ਸੋਹਣਾ ਲੱਗਦਾ ਇਹ। ਤੁਸੀਂ ਇੱਥੇ ਜ਼ਰੂਰ ਵਿਜ਼ਿਟ ਕਰਿਓ, ਅਹਿਮਦਾਬਾਦ ਬਹੁਤ ਹੀ ਸੋਹਣੀ ਸਿਟੀ ਹੈ, ਬਹੁਤ ਹੀ ਪੁਰਾਣੀ ਸਿਟੀ ਹੈ, ਪੁਰਾਣੀ ਹੋਣ ਦੇ ਨਾਲ ਨਾਲ ਇਹਦੇ ਵਿੱਚ ਬਹੁਤ ਹੀ ਕੁਛ ਸੰਭਾਲੀ ਹੋਈ ਹੈ, ਸਿਟੀ ਆਪਣੇ ਅੰਦਰ ਬੈਠੀ ਹੈ। ਇੱਥੇ ਤੁਸੀਂ ਜ਼ਰੂਰ ਵਿਜ਼ਿਟ ਕਰਿਓ। ਮਸਜਿਦ ਨੂੰ ਆਪਾਂ ਦੇਖ ਲਿਆ ਜੀ, ਚੱਲਦੇ ਹਾਂ ਆਪਾਂ ਹੁਣ ਉਸ ਮੰਦਰ ਨੂੰ ਵੀ ਦੇਖਦੇ ਹਾਂ, ਜਿਹੜਾ ਉਸ ਹਿੰਦੂ ਵੀਰ ਜਿਹੜੇ ਉਰੇ ਕੰਮ ਕਰਦੇ ਸੀ ਉਹਨਾਂ ਦੇ ਲਈ ਬਣਵਾਇਆ ਗਿਆ ਸੀਗਾ ਜੀ। ਆ ਜਾਓ ਆਪਾਂ ਚੱਲਦੇ ਹਾਂ ਉਸ ਮੰਦਰ ਵੱਲ ਨੂੰ ਜੀ। ਆ ਜਾਓ ਚੱਲਦੇ ਹਾਂ ਆਪਾਂ ਹੁਣ ਜੀ ਉਸ ਮੰਦਰ ਵੱਲ ਨੂੰ, ਉਸ ਮੰਦਰ ਦੇ ਦਰਸ਼ਨ ਵੀ ਕਰਦੇ ਹਾਂ, ਉਸ ਮੰਦਰ ਨੂੰ ਦੇਖਦੇ ਹਾਂ। ਇਹ ਬੋਲੀ ਜੀ 500 ਸਾਲ ਪੁਰਾਣੀ ਹੈ, ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਹੀ ਸੀ। ਆਓ ਜੀ ਹੁਣ ਆਪਾਂ ਮੰਦਰ ਸਾਈਡ ਚੱਲਦੇ ਹਾਂ, ਸਾਹਮਣੇ ਹੈ ਜੀ ਮੰਦਰ, ਇਸ ਬੋਲੀ ਦੇ ਬਿਲਕੁਲ ਸਾਹਮਣੇ ਬਣਿਆ ਹੋਇਆ ਮੰਦਰ ਆ ਜੀ। ਆ ਜਾਓ ਆਪਾਂ ਉਸ ਮੰਦਰ ਨੂੰ ਵੀ ਦੇਖਦੇ ਹਾਂ ਜੀ। ਇਹ ਬਰੋਟਾ ਬਹੁਤ ਵੱਡਾ ਦੇਖੋ।